ਸਾਰਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਆਪਾਂ ਜਾ ਰਹੇ ਹਾਂ ਪੋਰਟ ਅਗਸਤਾ ਅਤੇ ਨਾਲ ਜਾ ਰਹੇ ਹਾਂ ਆਪਾਂ ਕੋਬਰਪੀੜੀ ਟੂਰ ਵਾਸਤੇ। ਅਤੇ ਮੈਂ ਕੋਸ਼ਿਸ਼ ਕਰ ਰਿਹਾ ਇਸ ਵਾਰੀ ਕਿ ਇਸ ਟ੍ਰਿਪ ਦੀ ਜਿਹੜੀ ਵੀਡੀਓ ਹੈ ਉਹ ਸ਼ੂਟ ਕਰਾਂ ਅਤੇ ਤੁਹਾਨੂੰ ਵੀ ਦਿਖਾ ਸਕਾਂ ਆਸਟ੍ਰੇਲੀਆ ਦੇ ਸਾਡੇ ਸਾਊਥ ਆਸਟ੍ਰੇਲੀਆ ਦੇ ਵਿੱਚ ਜਿਹੜੇ ਇਹ ਦੋ ਮਹੱਤਵਪੂਰਨ ਟੂਰਿਸਟ ਪਲੇਸ ਨੇ। ਸੋ ਉੱਥੋਂ ਦੀ ਸੈਰ ਤੁਹਾਨੂੰ ਵੀ ਕਰਾਉਣੀ ਚਾਹਾਂਗਾ। ਅਤੇ ਪੀਕੂ ਸੇਠ ਵੀ ਸਾਡੇ ਨਾਲ ਜਾ ਰਿਹਾ ਅਤੇ ਆਹ ਦੇਖੋ ਇਹਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈਗਾ। ਸੋ ਇਹ ਮੈਨੂੰ ਲੱਗਦਾ ਨਾਲ ਨਾਲ ਭੁਗਤਣਾ ਪੈਣਾ। ਅਤੇ ਪੀਕੂ ਸੇਠ ਰਹਿੰਦਾ ਮੇਰੇ ਮੋਢੇ 'ਤੇ ਹਮੇਸ਼ਾ। ਅਤੇ ਹੁਣ ਆਪਾਂ ਕਰਨ ਲੱਗੇ ਡਰਾਈਵਿੰਗ ਸ਼ੁਰੂ। ਹੁਣ ਇੱਥੋਂ ਜਾਵਾਂਗੇ ਆਪਾਂ ਪੋਰਟ ਪੀੜੀ ਅਤੇ ਸ਼ਾਮ ਤੱਕ ਪੋਰਟ ਅਗਸਤਾ ਪਹੁੰਚਣ ਦਾ ਵਿਚਾਰ ਹੈਗਾ। ਰਾਹ ਦੇ ਵਿੱਚ ਆਪਾਂ ਕੀ ਕੁਝ ਵੇਖਦੇ ਹਾਂ ਉਹ ਤੁਹਾਨੂੰ ਦਿਖਾਉਂਦੇ ਜਾਵਾਂਗੇ। ਅਤੇ ਉਸ ਤੋਂ ਬਾਅਦ ਆਪਾਂ ਕੱਲ੍ਹ ਜਾਵਾਂਗੇ ਕੋਬਰਪੀੜੀ। ਕੋਬਰਪੀੜੀ ਇੱਕ ਅਜਿਹਾ ਸ਼ਹਿਰ ਹੈ ਸਾਡੇ ਸਾਊਥ ਆਸਟ੍ਰੇਲੀਆ ਦਾ ਟਾਊਨ ਹੈ ਜਿਹੜਾ ਕਿ ਅੰਡਰਗਰਾਊਂਡ ਵਸਿਆ ਹੋਇਆ। ਸੋ ਪਹਿਲੀ ਵਾਰੀ ਐਕਸਪੀਰੀਅੰਸ ਹੋਣਾ ਉਹ ਅੰਡਰਗਰਾਊਂਡ ਟਾਊਨ ਵੇਖਣ ਦਾ ਅਤੇ ਅੰਡਰਗਰਾਊਂਡ ਹੋਟਲ ਵੀ ਬੁੱਕ ਕਰਵਾਇਆ ਹੋਇਆ। ਸੋ ਵੇਖਦੇ ਹਾਂ ਜੀ ਉਹ ਕਿਹੋ ਜਿਹਾ ਤਜਰਬਾ ਹੁੰਦਾ ਅਤੇ ਹੋਰ ਕੋਬਰਪੀੜੀ ਦੇ ਵਿੱਚ ਕੀ ਕੁਝ ਹੈਗਾ। ਉੱਥੇ ਓਪਲ ਦੀਆਂ ਖਾਣਾਂ ਨੇ, ਉੱਥੇ ਤਾਂ ਪਤਾ ਨਹੀਂ ਆਪਾਂ ਜਾ ਸਕਦੇ ਕਿ ਨਹੀਂ ਜਾ ਸਕਦੇ, ਆਈ ਡੋਂਟ ਨੋ, ਬਟ ਉਹਦੇ ਬਾਰੇ ਆਪਾਂ ਜਾਣਕਾਰੀ ਦੇਵਾਂਗੇ ਤੁਹਾਨੂੰ ਕਿ ਉੱਥੇ ਕੀ ਕੁਝ ਹੁੰਦਾ। ਅਤੇ ਉਸ ਤੋਂ ਬਿਨਾਂ ਉੱਥੇ ਮੈਨੂੰ ਲੱਗਦਾ ਕਿ ਦਰਖਤ ਦਰੁਖਤ ਘੱਟ ਹੀ ਨੇ, ਬਾਕੀ ਜਾ ਕੇ ਪਤਾ ਲੱਗੇਗਾ। ਅਤੇ ਖੈਰ ਕਰੀਏ ਸ਼ੁਰੂਆਤ ਜੀ ਸਫ਼ਰ ਦੀ, ਆਓ ਮੇਰੇ ਨਾਲ ਨਾਲ ਤੁਸੀਂ ਵੀ ਚੱਲੋ। ਲਓ ਜੀ ਆਪਾਂ ਐਡਲੇਡ ਤੋਂ ਤੁਰ ਪਏ ਹਾਂ ਅਤੇ ਪਹਿਲਾ ਜਿਹੜਾ ਸਟੋਪ ਹੈ ਉਹ ਹੈ ਆਪਣਾ ਪੋਰਟ ਪੀਰੀ ਦਾ। ਇੱਥੋਂ 2.5 ਘੰਟੇ ਦਾ ਰਸਤਾ ਹੈ, 225 ਕਿਲੋਮੀਟਰ, ਅਤੇ 2 ਘੰਟੇ ਤੋਂ ਬਾਅਦ ਆਪਾਂ ਡਰਾਈਵ ਕਰ ਨਹੀਂ ਸਕਦੇ, ਉਹ ਕਾਨੂੰਨੀ ਤੌਰ 'ਤੇ ਆਪਾਂ ਨੂੰ ਰੈਸਟ ਲੈਣੀ ਬਣਦੀ ਹੈ। ਸੋ 2 ਘੰਟੇ ਦੇ ਵਿੱਚ ਦੇਖੋ ਕਿੱਥੇ ਜਾ ਕੇ ਕੁਛ ਖਾਣ ਪੀਣ ਦਾ ਮੂਡ ਬਣ ਜਾਂਦਾ ਅਤੇ ਆਪਾਂ ਗੱਡੀ ਨੂੰ ਪਾਰਕ ਕਰ ਲੈਂਦੇ ਹਾਂ। ਡੋਂਟ ਨੋ, ਕਿਉਂਕਿ ਖੁੱਲ੍ਹਾ ਟੂਰ ਰੱਖਿਆ, ਕੋਈ ਬੰਦਿਸ਼ ਨਹੀਂ ਹੈਗੀ। ਸੋ ਚਲੋ ਚਲੋ ਮੇਰੇ ਨਾਲ ਨਾਲ। ਲਓ ਜੀ ਆ ਲੋਕ ਆਪਣਾ ਘਰ ਨਾਲ ਹੀ ਖਿੱਚੀ ਫਿਰਦੇ ਆ, ਜਿਹੜੇ ਅਕਸਰ ਘੁੰਮਣ ਫਿਰਨ ਜਾਂਦੇ ਨੇ ਲੋਕ ਉਹ ਕੈਰਾਵੈਨ ਕਿਰਾਏ 'ਤੇ ਵੀ ਲਿਜਾ ਸਕਦੇ ਨੇ ਜਾਂ ਆਪਣੇ ਵੀ ਲੋਕਾਂ ਨੇ ਬਾਏ ਕੀਤੀਆਂ ਹੋਈਆਂ ਨੇ। ਇਸ ਦੇ ਨਾਲ ਹੋਟਲ ਜਾਂ ਮੋਟਲ ਦੇ ਵਿੱਚ ਰਹਿਣ ਦਾ ਜਿਹੜਾ ਖਰਚਾ ਉਹ ਕੰਟਰੋਲ ਹੋ ਜਾਂਦਾ। ਇਹ ਕਾਫੀ ਚੀਪ ਪੈਂਦੀਆਂ ਨੇ, ਸ਼ਾਇਦ ਇਹ ਛੋਟੀ ਕੈਰਾਵੈਨ ਹੈ, ਬੇਸਿਕ ਕੈਰਾਵੈਨ ਹੈ ਇਹ। ਸਾਡਾ ਪਲੈਨ ਹੋ ਗਿਆ ਜੀ ਚੇਂਜ। ਹੁਣ ਅਸੀਂ ਪਲੈਨ ਇਹ ਕੀਤਾ ਵੀ ਅਸੀਂ ਸਿੱਧੇ ਪੋਰਟ ਅਗਸਤਾ ਹੀ ਜਾ ਰਹੇ ਹਾਂ। ਪੋਰਟ ਅਗਸਤਾ ਇੱਥੋਂ 212 ਕਿਲੋਮੀਟਰ ਦੂਰ ਹੈ, ਕਿਉਂਕਿ ਅਸੀਂ ਇੱਕ ਟਨਲ ਦੇ ਕੇ ਜਾਂਦੇ ਹਾਂ। ਜਿਹੜਾ ਟਨਲ ਦਾ ਟਾਈਮ ਹੈ ਉਹ 3 ਵਜੇ ਤੱਕ ਹੀ ਖੁੱਲ੍ਹੀ ਹੁੰਦੀ ਹੈ। ਅਸੀਂ ਕੱਲ੍ਹ ਸਵੇਰ ਨੂੰ ਨਿਕਲਣਾ ਹੈ ਕੋਬਰਪੀੜੀ ਵਾਸਤੇ। ਸੋ ਹੁਣ ਵਾਪਸੀ 'ਤੇ ਕਵਰ ਕਰਾਂਗੇ ਪੋਰਟਪੀੜੀ ਅਤੇ ਹੁਣ ਸਿੱਧੀਆਂ ਗੱਡੀਆਂ ਸ਼ੂਟ ਵੱਟ ਰਹੀਆਂ ਨੇ ਪੋਰਟ ਅਗਸਤਾ ਵੱਲ। ਪੋਰਟ ਅਗਸਤਾ ਦੀ ਆਬਾਦੀ ਤਕਰੀਬਨ 14,000 ਹੈ। ਇੱਥੋਂ ਦੀ ਮੇਜਰ ਟੂਰਿਸਟ ਅਟਰੈਕਸ਼ਨ ਹੈ ਵਾਰਡਲਾਟਾ ਆਊਟਬੈਕ ਸੈਂਟਰ। ਇਹ ਪੋਰਟ ਅਗਸਤਾ, ਫਲਿੰਡਰ ਰੇਂਜਸ ਅਤੇ ਸਾਊਥ ਆਸਟ੍ਰੇਲੀਆ ਦੇ ਆਊਟਬੈਕ ਦਾ ਵਿਜ਼ਟਰ ਇਨਫੋਰਮੇਸ਼ਨ ਸੈਂਟਰ ਵੀ ਹੈ। ਇੱਥੇ ਹਰ ਸਾਲ 10,000 ਦੀ ਗਿਣਤੀ ਵਿੱਚ ਟੂਰਿਸਟ ਆਉਂਦੇ ਹਨ। ਇਹ ਐਵਾਰਡ ਵਿਨਿੰਗ ਟੂਰਿਸਟ ਅਟਰੈਕਸ਼ਨ ਹੈ। ਜਿਹੜੀ ਟਨਲ ਦੀ ਗੱਲ ਆਪਾਂ ਕਰ ਰਹੇ ਸੀ ਉਹ ਇੱਥੇ ਹੀ ਹੈ, ਟਨਲ ਆਫ ਟਾਈਮ। ਇਹ ਸੈਲਫ ਗਾਈਡਡ ਟੂਰ ਹੁੰਦਾ ਹੈ। ਜਿਹੜੇ ਟੂਰਿਸਟ ਖਾਸ ਤੌਰ 'ਤੇ ਫਲਿੰਡਰ ਰੇਂਜਸ ਘੁੰਮਣਾ ਚਾਹੁੰਦੇ ਹਨ ਉਹਨਾਂ ਨੂੰ ਟਨਲ ਆਫ ਟਾਈਮ ਵੇਖਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ, ਬੇਸ਼ੱਕ ਫਲਿੰਡਰ ਰੇਂਜਸ ਤੋਂ ਪਹਿਲਾਂ ਜਾਂ ਬਾਅਦ ਵਿੱਚ। ਟਨਲ ਆਫ ਟਾਈਮ ਦਾ ਟੂਰ ਉਹਨਾਂ ਨੂੰ ਵਧੇਰੇ ਸਪਸ਼ਟ ਜਾਣਕਾਰੀ ਦਿੰਦਾ ਹੈ। ਇਹ ਟੂਰ ਤੁਹਾਨੂੰ ਡਾਇਨਾਸੋਰ ਦੇ ਸਮਿਆਂ ਵਿੱਚ ਲੈ ਜਾਂਦਾ ਹੈ, ਉਹਨਾਂ ਲੋਕਾਂ ਨਾਲ ਜਾਣ ਪਛਾਣ ਕਰਵਾਉਂਦਾ ਹੈ ਜਿਹੜੇ ਇਸ ਇਲਾਕੇ ਦੇ ਪਹਿਲੇ ਵਸਨੀਕ ਬਣੇ, ਧਰਤੀ ਨੂੰ ਰਹਿਣ ਯੋਗ ਬਣਾਇਆ ਅਤੇ ਹੁਣ ਵੀ ਇੱਥੇ ਰਹਿ ਰਹੇ ਹਨ। ਟਨਲ ਆਫ ਟਾਈਮ ਬਾਹਰ ਤੋਂ ਜਿਹੋ ਜਿਹੀ ਨਜ਼ਰ ਆਉਂਦੀ ਹੈ, ਅਸਲ ਵਿੱਚ ਉਸ ਨਾਲੋਂ ਕਾਫੀ ਵੱਡੀ ਹੈ। ਇਹ ਤੁਹਾਡੇ 'ਤੇ ਨਿਰਭਰ ਕਰਦਾ ਹੈ
ਕਿ ਤੁਸੀਂ ਇਸ ਨੂੰ 10 ਮਿੰਟਾਂ ਵਿੱਚ ਨਿਬੇੜਨਾ ਹੈ ਜਾਂ 4-5 ਘੰਟਿਆਂ ਵਿੱਚ ਚੰਗੀ ਤਰ੍ਹਾਂ ਐਕਸਪਲੋਰ ਕਰਨਾ ਹੈ। ਇੱਕ ਹੋਰ ਖੂਬਸੂਰਤੀ ਇਸ ਸਥਾਨ ਦੀ ਇਹ ਹੈ ਕਿ ਜੇਕਰ ਸਮੇਂ ਦੀ ਘਾਟ ਕਾਰਨ ਤੁਸੀਂ ਇਹ ਟੂਰ ਪੂਰਾ ਨਹੀਂ ਕਰ ਸਕੇ ਤਾਂ ਉਹ ਤੁਹਾਨੂੰ ਦੁਬਾਰਾ ਆਉਣ ਲਈ 12 ਮਹੀਨਿਆਂ ਲਈ ਵੈਲਿਡ ਪਾਸ ਦੇ ਦਿੰਦੇ ਹਨ। ਸਾਲ ਵਿੱਚ ਜਦੋਂ ਵੀ ਤੁਸੀਂ ਦੁਬਾਰਾ ਇੱਧਰ ਆਉਂਦੇ ਹੋ ਤਾਂ ਟਨਲ ਆਫ ਟਾਈਮ ਦੁਬਾਰਾ ਮੁਫਤ ਐਕਸਪਲੋਰ ਕਰ ਸਕਦੇ ਹੋ। ਇੱਥੇ ਬਹੁਤ ਹੀ ਪ੍ਰਭਾਵਸ਼ਾਲੀ ਮਿਊਜ਼ੀਅਮ ਵੀ ਹੈ ਜਿਸ ਦੀ ਫੀਸ ਟਿਕਟ ਵਿੱਚ ਇਨਕਲੂਡਿਡ ਹੈ। ਟਨਲ ਆਫ ਟਾਈਮ ਦੇ ਬੰਦ ਹੋ ਜਾਣ ਦਾ ਸਮਾਂ ਹੋਣ ਕਰਕੇ ਸਾਨੂੰ 12 ਮਹੀਨਿਆਂ ਲਈ ਵੈਲਿਡ ਪਾਸ ਦੇ ਦਿੱਤੇ ਗਏ ਨੇ। ਇਸ ਸਮੇਂ ਦੌਰਾਨ ਕਦੇ ਵੀ ਦੁਬਾਰਾ ਆ ਕੇ ਇਹ ਮਿਊਜ਼ੀਅਮ ਅਤੇ ਟਨਲ ਐਕਸਪਲੋਰ ਕੀਤਾ ਜਾ ਸਕਦਾ ਹੈ। ਹੁਣ ਜਾ ਰਹੇ ਹਾਂ ਪੋਰਟ ਅਗਸਤਾ ਤੋਂ ਕਰੀਬ 3 ਕਿਲੋਮੀਟਰ ਦੂਰ ਮੈਥਿਊ ਫਲਿੰਡਰਸ ਰੈਡਕਲਿਫ ਲੁੱਕਆਊਟ ਵੱਲ। ਕੁਦਰਤ ਨੂੰ ਪਿਆਰ ਕਰਨ ਵਾਲੇ ਇੱਥੇ ਸਮਾਂ ਗੁਜ਼ਾਰ ਸਕਦੇ ਨੇ। ਅੱਜ ਮੌਸਮ ਬੜਾ ਖੂਬਸੂਰਤ ਹੈ, ਨਦੀ ਵਿੱਚ ਕ੍ਰਿਸਟਲ ਕਲੀਅਰ ਸਾਫ਼ ਪਾਣੀ ਹੈ, ਨੀਲਾ ਅਸਮਾਨ ਹੈ, ਸਫੈਦ ਬੱਦਲ ਵੀ ਨੇ। ਕੁੱਲ ਮਿਲਾ ਕੇ ਬੜਾ ਖੂਬਸੂਰਤ ਮਾਹੌਲ ਹੈ। ਰੈੱਡ ਕਲਿਫਸ ਲੂਪ ਟ੍ਰੇਲ 'ਤੇ ਤੁਹਾਨੂੰ ਈਮਿਊ ਅਤੇ ਕੈਂਗਰੂਜ਼ ਵੀ ਮਿਲ ਸਕਦੇ ਨੇ। ਆਪਾਂ ਪਹੁੰਚ ਗਏ ਹਾਂ ਜੀ ਵਾਟਰ ਟਾਵਰ ਲੁੱਕਆਊਟ 'ਤੇ। ਇਸ ਨੂੰ ਹੈਰੀਟੇਜ ਦੀ ਲਿਸਟ ਵਿੱਚ ਰੱਖਿਆ ਗਿਆ। ਪੋਰਟ ਅਗਸਤਾ ਵਾਸੀਆਂ ਨੂੰ ਪਾਣੀ ਦੀ ਸਪਲਾਈ ਵਾਸਤੇ  1882 ਵਿੱਚ ਇਹ ਟਾਵਰ ਬਣਾਇਆ ਗਿਆ ਸੀ। ਬਾਅਦ ਵਿੱਚ ਇਹਦਾ ਸਟਰਕਚਰ ਲੁੱਕਆਊਟ ਦੇ ਨਜ਼ਾਰਿਆਂ ਲਈ ਬਦਲ ਦਿੱਤਾ ਗਿਆ ਅਤੇ ਇਸ ਦੀਆਂ ਤਕਰੀਬਨ 80 ਪੌੜੀਆਂ ਨੇ। ਇਹ ਹੈਰੀਟੇਜ ਰੇਲਵੇ 1878 ਤੋਂ ਕੰਮ ਕਰ ਰਹੀ ਹੈ। 1929 ਵਿੱਚ ਇਸ ਟਰੈਕ ਨੂੰ ਕਰੀਬ 1241 ਕਿਲੋਮੀਟਰ ਲੰਬਾ ਭਾਵ ਐਲਿਸ ਸਪ੍ਰਿੰਗ ਤੱਕ ਬਣਾਇਆ ਗਿਆ। ਹੁਣ ਵੀ ਤੁਸੀਂ ਇਸ ਟ੍ਰੇਨ ਵਿੱਚ ਪੋਰਟ ਅਗਸਤਾ ਦੇ ਪਿੱਚੀ ਰਿੱਚੀ ਰੇਲਵੇ ਸਟੇਸ਼ਨ ਤੋਂ ਹਾਫ ਡੇ ਜਾਂ ਫੁੱਲ ਡੇ ਟੂਰ ਕਰ ਸਕਦੇ ਹੋ। ਪਿੱਚੀ ਰਿੱਚੀ ਰੇਲਵੇ ਨੇ 2021 ਦਾ ਸਾਊਥ ਆਸਟ੍ਰੇਲੀਅਨ ਟੂਰਿਜ਼ਮ ਐਵਾਰਡ ਵੀ ਜਿੱਤਿਆ ਹੈ। ਇਹ ਟ੍ਰੇਨ ਹਰ ਰੋਜ਼ ਨਹੀਂ ਚੱਲਦੀ ਅਤੇ ਸਟੇਸ਼ਨ ਤੋਂ ਟਿਕਟਾਂ ਵੀ ਨਹੀਂ ਮਿਲਦੀਆਂ। ਇਸ ਲਈ ਆਉਣ ਤੋਂ ਪਹਿਲਾਂ ਵੈਬਸਾਈਟ ਤੋਂ ਹੀ ਟਿਕਟ ਦੀ ਬੁਕਿੰਗ ਕਰਵਾ ਲਈਓ। ਆਸਟ੍ਰੇਲੀਆ ਵਿੱਚ ਘੁੰਮਣ ਜਾਈਏ ਤਾਂ ਸਾਨੂੰ ਕੰਫਰਟ ਇਨ ਮੋਟਰ ਚੇਨ ਕਾਫ਼ੀ ਸੂਟ ਕਰਦੀ ਹੈ। ਇਹ ਬਹੁਤੀ ਮਹਿੰਗੀ ਵੀ ਨਹੀਂ ਹੈ ਅਤੇ ਰੂਮ ਵੀ ਵਧੀਆ ਹੁੰਦੇ ਨੇ। TV, ਹੌਟ ਵਾਟਰ ਕੈਟਲ, ਮਾਈਕ੍ਰੋਵੇਵ ਅਤੇ ਮਿੰਨੀ ਫਰਿੱਜ ਮੌਜੂਦ ਹੁੰਦੇ ਨੇ। ਬਾਕੀ ਤੁਹਾਡੇ ਆਪਣੇ ਆਪ 'ਤੇ ਨਿਰਭਰ ਕਰਦਾ ਜੀ ਕਿ ਤੁਹਾਡੀ ਜੇਬ ਕਿੰਨਾ ਕੁ ਭਾਰ ਚੱਲਦੀ ਹੈ। ਕਮਰੇ ਵਿੱਚ ਸਮਾਨ ਰੱਖ ਕੇ ਆਪਾਂ ਗਏ ਸੀ ਪੋਰਟ ਅਗਸਤਾ ਦੇ ਗੁਰਦੁਆਰਾ ਸਾਹਿਬ ਵਿੱਚ। ਉਸ ਦੀ ਵੀਡੀਓ ਅੱਡ ਬਣਾਈ ਹੈ ਅਤੇ ਉੱਥੇ ਵੀ ਕਾਫ਼ੀ ਵਧੀਆ ਜਾਣਕਾਰੀ ਮਿਲੀ ਹੈ। ਵੀਡੀਓ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਸ਼ੇਅਰ ਕਰ ਦਿਆਂਗਾ। ਅਤੇ ਅੱਜ ਦਾ ਵਲੌਗ ਆਪਾਂ ਖਤਮ ਕਰਦੇ ਹਾਂ ਇੱਥੇ ਹੀ ਅਤੇ ਕੱਲ੍ਹ ਨੂੰ ਮਿਲਦੇ ਹਾਂ ਅਗਲੇ ਸਫ਼ਰ 'ਤੇ। ਅੰਤ ਵਿੱਚ ਇਹ ਚੈਨਲ ਸਬਸਕ੍ਰਾਈਬ ਕਰਨ, ਲਾਈਕ ਅਤੇ ਸ਼ੇਅਰ ਦੀ ਬੇਨਤੀ।
ਸਤਿ ਸ਼੍ਰੀ ਅਕਾਲ।